ਭਾਈ ਬਹੁਤ ਵਧੀਆ ਲੱਗਦਾ ਜੀ ਜਲਾਲਪੁਰੀ ਹਾਂਜੀ ਉਹ ਬਹੁਤ ਵਧੀਆ ਲੋਕਾਂ ਦੀ ਭੀੜ ਸੀ ਸੈਲਫੀਆਂ ਕਰਾਉਣ ਵਾਲਿਆਂ ਦੀ ਹਾਂਜੀ ਹਾਂਜੀ ਭਾਈ ਤੇ ਅੱਜ ਭਾਈ ਅਸੀਂ ਦੇਖਿਆ ਤੁਹਾਡੇ ਪਿੱਛੇ ਵੀ ਭੀੜ ਸੀ ਮੁੰਡਿਆਂ ਦੀ ਹੁਣ ਵੀ ਕਿੰਨੇ ਖੜੇ ਤੇ ਫਿਰ ਜਦੋਂ ਤੁਹਾਡਾ ਆ ਜਿਹੜਾ ਐ ਜੇ ਕਰਦੇ ਹੋ ਕੀ ਕਹਿੰਦੇ ਨੇ ਕਿਹੜਾ ਐਕਸ਼ਨ ਹੈ ਤੁਹਾਡਾ ਸਤਿ ਸ੍ਰੀ ਅਕਾਲ ਦੋਸਤੋ ਮੈਂ ਧਰਮਾ ਹਰੇ ਤੁਸੀਂ ਵੇਖ ਰਹੇ ਹੋ ਰੰਗ ਪੰਜਾਬ ਦੇ ਯੂਟਿਊਬ ਚੈਨਲ ਸੋ ਦੋਸਤੋ ਆਪਾਂ ਮਾਂ ਖੇਡ ਕਬੱਡੀ ਦੀ ਚਰਚਾ ਕਰਦੇ ਰਹਿੰਦੇ ਹਾਂ ਨਿੱਤ ਨਵੇਂ ਖਿਡਾਰੀ ਨੇ ਜਿਹੜੇ ਉੱਭਰਦੇ ਨੇ ਅਤੇ ਨਿੱਤ ਨਵੇਂ ਨਾਂ ਜਿਹੜੇ ਚਮਕਦੇ ਨੇ ਕੋਈ ਰੇਡਰ ਦੇ ਤੌਰ 'ਤੇ ਅਤੇ ਕੋਈ ਜਾਫੀ ਦੇ ਤੌਰ 'ਤੇ ਅਤੇ ਅੱਜ ਆਪਾਂ ਜਿਸ ਨੌਜਵਾਨ ਦੀ ਅੱਜ ਦੀ ਤਰੀਕ ਦੇ ਵਿੱਚ ਦੁਨੀਆ ਦਿਵਾਨੀ ਹੈ ਆਪਾਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਹਨੀ ਪੰਡਿਤ ਹੁਸ਼ਿਆਰਪੁਰੀ ਦਾ ਨੌਜਵਾਨ ਜਿਹੜਾ ਕਿ ਜਿੱਥੇ ਵੀ ਟੂਰਨਾਮੈਂਟ 'ਤੇ ਜਾਂਦਾ ਅਤੇ ਜਿਹੜੇ ਉਹਦੇ ਐਕਸ਼ਨ ਨੇ ਉਹਦੀ ਦੁਨੀਆ ਦਿਵਾਨੀ ਹੈ ਅਤੇ ਸਾਡੇ ਨਾਲ ਨੇ ਬਾਈ ਹਾਂਜੀ ਹਨੀ ਬਾਈ ਜੀ ਸਭ ਤੋਂ ਪਹਿਲਾਂ ਤਾਂ ਸਾਡੇ ਚੈਨਲ ਦੇ ਵੱਲੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਜਿੰਨੇ ਬਾਈ ਦੇਖਦੇ ਆ ਸਾਰਿਆਂ ਨੂੰ ਰਾਮ ਰਾਮ ਹਨੀ ਬਾਈ ਜੀ ਗਰਾਊਂਡਾਂ ਦੇ ਵਿੱਚ ਕਹਿੰਦੇ ਆ ਵੀ ਹਨੀ ਪੰਡਿਤ ਆ ਗਿਆ ਕੋਈ ਐਕਸ਼ਨਾਂ ਨੂੰ ਪਿਆਰ ਕਰਦਾ ਕੋਈ ਕਿਵੇਂ ਪਿਆਰ ਕਰਦਾ ਹਾਂਜੀ ਬਾਈ ਜੀ ਪਹਿਲਾਂ ਤੁਹਾਡਾ ਨਾਮ ਦੱਸੋ ਵੀ ਕੀ ਹੈ ਪੂਰਾ ਮੇਰਾ ਪੱਕਾ ਨਾਮ ਹਿਮਾਂਸ਼ੂ ਆ ਜੀ ਅਸੀਂ ਪੰਡਿਤ ਆ ਨਾ ਘਰਦਿਆਂ ਨੇ ਨਾ ਉਦਾਂ ਰੱਖਿਆ ਹਿਮਾਂਸ਼ੂ ਜੀ ਤੇ ਆਪਣੇ ਪਾਪਾ ਜੀ ਨੇ ਰੱਖਿਆ ਨਾਮ ਹਨੀ ਤੇ ਫਿਰ ਹਨੀ ਤੋਂ ਪੰਡਿਤ ਬਣ ਗਿਆ ਪੰਡਿਤ ਤੋਂ ਹਨੀ ਪੰਡਿਤ ਬੁੱਲੋਵਾਲੀਆ ਬਣ ਗਿਆ ਜੀ ਖੇਡਦੇ ਖੇਡਦੇ ਜੀ ਹਾਂਜੀ ਜੀ ਤੇ ਪਿਤਾ ਜੀ ਦਾ ਨਾਮ ਕੀ ਹੈ ਜੀ ਪਿਤਾ ਜੀ ਦਾ ਨਾਮ ਰਕੇਸ਼ ਕੁਮਾਰ ਆ ਜੀ ਮਾਤਾ ਜੀ ਦਾ ਜੀ ਰਜਨੀ ਸ਼ਰਮਾ ਜੀ ਤੇ ਪਿੰਡ ਜੀ ਪਿੰਡ ਆਪਣਾ ਬੁੱਲੋਵਾਲੀ ਆ ਜੀ ਬੁੱਲੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਪੈਂਦਾ ਜ਼ਿਲ੍ਹਾ ਹੁਸ਼ਿਆਰਪੁਰ ਪੈਂਦਾ ਜੀ ਜੀ ਤੇ ਬਾਈ ਜਨਮ ਤਰੀਕ ਕਿੰਨੀ ਹੈ ਮੇਰਾ ਜੀ 26 ਫਰਵਰੀ 2002 ਦਾ ਜਨਮ ਆ ਜੀ ਮਤਲਬ 22 ਸਾਲ ਦੀ ਉਮਰ ਹੈ ਤੁਹਾਡੀ ਨਹੀਂ ਨਹੀਂ 20 ਸਾਲ ਦੀ ਹੈ ਜੀ ਵਾਹ 20 ਸਾਲ ਦੀ ਉਮਰ ਵਾਹ ਜੀ ਵਾਹ ਕੀ ਬਾਤ ਹੈ ਬਾਈ ਅੱਛਾ ਬਾਈ ਫਿਰ ਕਬੱਡੀ ਵਾਲੇ ਪਾਸੇ ਕਿਵੇਂ ਆਏ ਹੋ ਕਦੋਂ ਲੱਗੇ ਸੀ ਖੇਡਣਾ ਕਬੱਡੀ ਵਾਲੇ ਪਾਸੇ ਜੀ 2014 ਵਿੱਚ ਨਿੱਕਾ ਜਿਹਾ ਹੁੰਦਾ ਜੀ ਮੇਰਾ ਤੁਹਾਨੂੰ ਪਤਾ ਜੀ ਜਨਮ ਡੇਟ ਦਾ ਤੇ ਮੈਂ ਅੱਧੀ ਗਰਾਊਂਡ 'ਚ ਚਲ ਗਿਆ ਜੀ ਖੇਡਦੇ ਸੀਗੇ ਮੈਨੂੰ ਦੂਜੀ ਨਿੱਕਰ ਹੀ ਪਾਈ ਸੀ ਜੇ ਥੱਲੇ ਨਹੀਂ ਪਾਈ ਜੈਂਡਰ ਵੀਅਰ ਉੱਦੀ ਚਲ ਗਿਆ ਮੈਂ ਨਾ ਸਟੋਪ ਲਾਤੀ ਇੱਕ ਪਹਿਲਾਂ ਮੈਂ ਸਟੋਪਰ ਹੁੰਦਾ ਸੀ ਜੀ ਤੇ ਸਟੋਪ ਲਾਤੀ ਤੇ ਉਹਨਾਂ ਨੇ ਮੈਂ ਫਿਰ ਮੈਨੂੰ ਵਧੀਆ ਲੱਗਾ ਖੇਡਣਾ ਮੈਂ ਫਿਰ ਗਰਾਊਂਡ ਜਾਣਾ ਸ਼ੁਰੂ ਕਰਤਾ ਜੀ ਫਿਰ ਆਪਣਾ ਭਾਜੀ ਜਾਮਾ ਬੁੱਲੋਵਾਲ ਤੋਂ ਖੇਡਦੇ ਆ ਪਲੇਅਰ ਤੇ ਉਹਨਾਂ ਨੇ ਪਹਿਲਾਂ ਹੌਸਲਾ ਦਿੱਤਾ ਫਿਰ ਪਿੰਡ ਦੇ ਮੁੰਡੇ ਕਾਫੀ ਆ ਤੇ ਫਿਰ ਆਪਾਂ ਹੌਲੀ ਹੌਲੀ ਇੱਕ ਕੁੜੀਆਂ ਦੀ ਟੀਮ ਬਣਾਉਂਦੇ ਹੁੰਦੇ ਤੇ ਉਹਨਾਂ ਨੇ ਕੀਤਾ ਉਹਨਾਂ ਨੇ ਬਹੁਤ ਉਹ ਕੀਤੀ ਜੀ ਪ੍ਰੈਕਟਿਸ ਕਰਾਈ ਸਾਨੂੰ ਬਹੁਤ ਜ਼ਿਆਦਾ ਛੋਟੇ ਹੁੰਦੇ ਤੋਂ ਬਹੁਤ ਪ੍ਰੈਕਟਿਸ ਕਰਾਈ ਜੀ ਸਾਨੂੰ ਹਾਂਜੀ ਰਿਤੂ ਸ਼ਰ ਦਾ ਨਾਮ ਉਹਨਾਂ ਦਾ ਕੁੜੀਆਂ ਟੀਮ ਬਣਾਉਂਦੇ ਆ ਅੱਛਾ ਤੇ ਉਹਨਾਂ ਤੋਂ ਪ੍ਰੈਕਟਿਸ ਕੀਤੀ ਬਹੁਤ ਕਰਾਈ ਉਹਨਾਂ ਨੇ ਪ੍ਰੈਕਟਿਸ ਜੀ ਅੱਛਾ ਬਾਈ ਫਿਰ ਜਾਫੀ ਬਣਦੇ ਬਣਦੇ ਰੇਡਰ ਕਿਵੇਂ ਬਣ ਗਏ ਸਾਡੇ ਜੀ ਜੰਡੀ ਮੈਚ ਸੀਗਾ ਪਿੰਡ ਲਾਗੇ ਸਾਂਦਰਾ ਸੁਣੇ ਹੋਣਾ ਜੀ ਹਾਂਜੀ ਸਾਂਦਰਾ ਹਾਂਜੀ ਹਾਂਜੀ ਉਹਦੇ ਨਾਲ ਹੀ ਮੈਚ ਸੀਗੇ ਜੰਡੀ 62 ਕਿਲੋ ਦੇ ਤੇ ਆਪਣੇ ਸਟੋਪਰ ਜਿੱਦਾਂ ਹੈਗੇ ਸੀਗੇ ਮੁੰਡੇ ਤੇ ਮੇਰੇ ਪਿੰਡ ਦਾ ਰੇਡਰ ਆ ਸ਼ਰੀਫ ਆ ਉਹ ਜੱਫਿਆਂ ਦੇ ਖੜ ਗਿਆ ਤੇ ਮੈਂ ਰੇਡਾ ਪਾਉਣ ਲੱਗ ਪਿਆ ਜੀ ਮੈਨੂੰ ਉੱਥੇ ਜੱਫਾ ਨਹੀਂ ਲੱਗਾ ਕੋਈ 62 ਕਿਲੋ 'ਚ ਜਿੱਤ ਗਏ ਫਸਟ ਆਏ ਟੀਮ ਤੇ ਉੱਤੋਂ ਫਿਰ ਰੇਡਰ ਬਣ ਗਿਆ ਹੁਣ ਇੱਦੀ ਰੇਡਾ ਪਾਉਣ ਲੱਗ ਪਿਆ ਜੀ ਤੇ ਕਿੰਨਾ ਵਜਨ ਹੈ ਹੁਣ ਬਾਈ ਵਜਨ ਆਪਣਾ ਜੀ 75-77 ਕਿਲੋ ਭਾਰ ਹੈਗਾ 75-77 ਅੱਛਾ ਹਾਂਜੀ ਤੇ ਕਿੰਨਾ ਟਾਈਮ ਲਾਉਣੇ ਮਿਹਨਤ ਤੇ ਪ੍ਰੈਕਟਿਸ ਤੇ ਪ੍ਰੈਕਟਿਸ ਜੀ ਆਪਣੇ ਮੈਚ ਹੀ ਡੇਲੀ ਚੱਲਦੇ ਆ ਪ੍ਰੈਕਟਿਸ ਤੁਹਾਨੂੰ ਪਤਾ ਕਿੱਥੋਂ ਇੰਨੀ ਦੂਰ ਆਏ ਹੁਣ 250-300 ਕਿਲੋਮੀਟਰ ਪੈ ਜਾਂਦਾ ਫਿਰ ਪ੍ਰੈਕਟਿਸ ਕਿੱਥੋਂ ਹੁੰਦੀ ਆ ਫਿਰ ਉਹੀ ਆਰਾਮ ਅਰਕਾਨਾ ਹੁੰਦਾ ਕੀ ਆਰਾਮ ਕਰੇ ਬੰਦਾ ਤੁਹਾਨੂੰ ਪਤਾ ਹੀ ਹੈ ਤੇ ਇਸ ਵਾਰ ਫਿਰ ਬਾਹਰ ਦੀ ਗੱਲ ਨਹੀਂ ਹੋਈ ਬਾਹਰ ਦੀ ਮਲੇਸ਼ੀਆ ਖੇਡ ਕੇ ਆਏ ਆ ਜੀ ਤੇ ਹੁਣ ਤੁਹਾਨੂੰ ਦੌੜ ਕੱਲ ਹੀ ਪਤਾ ਲੱਗ ਜਾਣਾ ਜਦੋਂ ਫੋਟੋ ਪੈ ਜਾਣੀ ਕਿਤੇ ਦੀ ਅੱਛਾ ਹਾਂਜੀ ਹਾਂਜੀ ਵਾਹ ਜੀ ਵਾਹ ਕੀ ਬਾਤ ਹੈ ਅੱਛਾ ਬਾਈ ਤੁਸੀਂ ਕਿਹੜੇ ਖਿਡਾਰੀ ਨੂੰ ਫੋਲੋ ਕਰਦੇ ਹੋ ਕਿਹਨੂੰ ਦੇਖ ਕੇ ਲੱਗਿਆ ਵੀ ਆਪਾਂ ਕਬੱਡੀ ਖੇਡੀਏ ਰੇਡਰ ਦੀ ਗੱਲ ਹੋਵੇ ਜਾਫੀ ਦੀ ਹੋਵੇ ਪੁਰਾਣੇ ਚ ਹੋਵੇ ਨਵੇਂ ਚ ਹੋਵੇ ਜਾਂ ਆਪਣੇ ਨੂੰ ਹੀ ਪਾਲਾ ਭਾਈ ਬਹੁਤ ਵਧੀਆ ਲੱਗਦਾ ਜੀ ਜਲਾਲਪੁਰੀ ਹਾਂਜੀ ਉਹ ਬਹੁਤ ਵਧੀਆ ਭਾਜੀ ਕਿਵੇਂ ਜੀ ਭਾਜੀ ਜਿੱਦਾਂ ਹੁਣ ਕਾਫੀ ਆ ਜਿੱਦਾਂ ਹੁਣ ਜਿਹੜੇ ਸਟਾਰ ਆ ਉੱਥੇ ਭਾਜੀ ਹੁਣੀ ਦਾ ਪਿੱਛੇ ਭੀੜ ਬੜੀ ਸੀ ਸਾਡੇ ਲਾਗੇ ਮੈਂ ਸੀਗਾ ਹਾਂਜੀ ਤੇ ਭਾਜੀ ਹੁਣਾਂ ਨੂੰ ਨਾ ਮੈਂ ਆਵਾਜ਼ ਮਾਰੀ ਮੈਂ ਕਿਹਾ ਭਾਜੀ ਹਾਂਜੀ ਤੇ ਭਾਜੀ ਨੇ ਮੇਰੇ ਵੱਲ ਦੇਖ ਕੇ ਰੋਕ ਲਏ ਹਾਂਜੀ ਮੈਂ ਫੋਟੋ ਕਰਾਉਣੀ ਸੀ ਭਾਜੀ ਨਾਲ ਹਾਂਜੀ ਹਾਂਜੀ ਤੇ ਉਹਨਾਂ ਨੇ ਮੈਂ ਕਿੰਨੀ ਭੀੜ ਸੀ ਪਿੱਛੇ ਕੱਲੇ ਮੇਰੇ ਨਾਲ ਹੀ ਫੋਟੋ ਖਿਚਾਈ ਜੀ ਅੱਛਾ ਹਾਂਜੀ ਇਹ ਇਨਸਾਨੀਅਤ ਦਿਲ ਜਿੱਤ ਲਿਆ ਭਾਈ ਨੇ ਰੇਡਰ ਨੂੰ ਕਿਹਨੂੰ ਫੋਲੋ ਕਰਦੇ ਸੀ ਰੇਡਰ ਜੀ ਰੇਡਰ ਸਾਰੇ ਵਧੀਆ ਸਾਰਿਆਂ ਨੇ ਮੈਚ ਦੇਖੀ ਦੇ ਆ ਜੀ ਤਾਂ ਹੀ ਬਸ ਇੱਦਾਂ ਹੀ ਬੈਸਟ ਕਿੰਨੇ ਕੁ ਵਾਰੀ ਆਏ ਬਾਈ ਬੈਸਟ ਜੀ ਕੱਪ ਕੁੱਪ ਤਾਂ ਬਲ ਜਿੱਤੇ ਐਤਕੀ ਹੁਣ ਦਿਲ ਦੀ ਤਮੰਨਾ ਹੈ ਮੋਟਰਸਾਈਕਲ ਜਿੱਤਣਾ ਜੀ ਅਖਯੂਲੇ ਤੋਂ ਮੋਟਰਸਾਈਕਲ ਜਿੱਤ ਲਿਆ ਜੀ ਅੱਛਾ ਵਾਹ ਜੀ ਤੇ ਕਿੰਨੇ ਸਾਲ ਹੋ ਗਏ ਪਹਿਲਾਂ ਤੁਹਾਨੂੰ ਕਬੱਡੀ ਹੁਣ ਦੇਖਿਆ ਜਾਵੇ ਓਪਨ ਦੇ ਵਿੱਚ ਉਹ 5 ਸਾਲ ਹੀ ਹੋਇਆ ਜੀ ਆਹੀ ਸਾਲ ਇਹ ਪਿਛਲਾ ਸਾਲ ਲਾ ਲਓ ਹਾਂਜੀ ਉਹੀ ਸਾਲ ਉਸਤਾਦ ਕਿਹਨੂੰ ਮੰਨਦੇ ਸੀ ਉਸਤਾਦ ਜੀ ਉਸਤਾਦ ਆਪਣੇ ਤਾਂ ਇੱਦਾਂ ਪਿੰਡ ਦੇ ਹੀ ਆ ਜੀ ਖਿਡਾਉਣੇ ਜਿਹਨੇ ਸ਼ੁਰੂ ਕੀਤੇ ਅਮਨ ਭਾਜੀ ਹਾਂਜੀ ਦੀਦੀ ਤੁਹਾਨੂੰ ਦੱਸਿਆ ਸੀਗਾ ਹਾਂਜੀ ਉਹ ਮੇਨ ਆ ਬਾਕੀ ਆਪਣੇ ਲਾਲੀ ਭਾਜੀ ਆ ਸੁਲਖਪੁਰ ਤੋਂ ਉਹਨਾਂ ਨਾਲ ਖੇਡੀ ਦਾ ਗੌਰਵ ਚੀਮਾ ਭਾਜੀ ਹੋਰ ਕਾਫੀ ਭਾਜੀ ਆ ਉਹਨਾਂ ਨਾਲ ਖੇਡੀ ਦੇ ਮੈਚ ਜੀ
अच्छा भाई जिवें तुसीं गल कीती है ना वी पाले जलालपुर दे पिछे सी जिहड़ी लोकां दी भीड़ सी सैल्फियां करवाउण वालिआं दी। हाँ जी हाँ जी भाई। ते अज भाई असीं देखिआ तुहाडे पिछे वी भीड़ सी मुंडिआं दी, हुण वी किन्ने खड़े आ ते भाई एक वारी दिखावे दा जिहड़े मुंडे पिछे खड़े आ ना इंटरव्यू देख रहे आ ते इह इह सारे इह बाई नूं प्यार करन वाले आ ते आपां बाई नाल गल वी करदे आ। ते आ जा भाई राज जी, ते अज भाई फिर तुहाडे नाल जिवें वारी 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 नहीं आउंदी सैल्फियां दी ते फोटोआं दी, किवें लग रिहा भाई? ਬਹੁਤ ਹੀ ਵਧੀਆ ਲੱਗਦਾ ਬਜਰੰਗ ਬਲੀ ਜੀ ਦੀ ਕਿਰਪਾ ਜੀ। ਤੁਹਾਨੂੰ ਪਤਾ ਇੰਨੀ ਛੋਟੀ ਉਮਰ 'ਚ ਜੀ ਅਤੇ ਆਪਣੇ ਕਬੱਡੀਆਂ ਪਾਉਣੀਆਂ ਏਡੇ ਏਡੇ ਵੱਡੇ ਬੰਦਿਆਂ ਦੇ ਸੀਨੀਅਰਾਂ 'ਤੇ ਕਿੰਨਾ ਤੁਹਾਨੂੰ ਪਤਾ ਹੀ ਆ ਜੀ। ਬਿਲਕੁਲ ਜੀ, ਮਿਹਨਤ ਆ ਬਾਕੀ ਜੀ, ਕਿਰਪਾ ਹੋਣੀ ਚਾਹੀਦੀ ਆ, ਬੰਦਾ ਧਰਤੀ ਨਾਲ ਜੁੜਿਆ ਰਹੇ ਅਤੇ ਰੱਬ ਨੂੰ ਮੰਨੇ, ਜਿਹੜਾ ਆਪਣੇ ਜਿੱਦਾਂ ਦਿਲ ਨੂੰ ਇਦਾਂ ਲੱਗਦਾ, ਇੰਨੇ ਪਿਆਰ ਕਰਨ ਵਾਲੇ, ਬਹੁਤ ਖੁਸ਼ੀ ਹੁੰਦੀ ਆ ਜੀ। ਤੇ ਇੱਕ ਫਿਰ ਜਦੋਂ ਤੁਹਾਡਾ ਜਿਹੜਾ ਐ ਜੇ ਕਰਦੇ ਹੋ ਕੀ ਕਹਿੰਦੇ ਨੇ, ਕਿਹੜਾ ਐਕਸ਼ਨ ਹੈ ਤੁਹਾਡਾ? ਇਹ ਭਾਈ ਉਦਾਂ ਕਰਦੀ ਦਾ ਆ, ਦਿਲ ਕੁਝ ਜਾਂ ਤਾੜੀਆਂ ਮਾਰ ਦੇ ਦੀਆਂ ਭਾਈ, ਖੁਸ਼ ਹੋ ਜਾਂਦੇ ਆ। ਹਾਂਜੀ, ਉਹਨਾਂ ਨਾਲ ਹੀ ਆ ਜੀ ਆਪਾਂ ਦਰਸ਼, ਇਹਨਾਂ ਨਾਲ ਹੀ ਪਿਆਰ ਕਰਦੇ ਜਿਹੜੇ, ਉਹ ਕਹਿ ਦਿੰਦੇ ਆ ਨਹੀਂ ਤਾਂ ਆਪਾਂ ਕਰਦੇ ਨਹੀਂ ਜੀ ਇੱਦਾਂ। ਜੇ ਹੁਣ ਇੰਨੀ ਦੂਰ ਆਏ ਆ, ਲੋਕਾਂ ਨੂੰ ਪਰੇਸ਼ਾਨ ਕਰਕੇ ਜਾਵਾਂਗੇ, ਦਿਲ ਉਦਾਸ ਹੋਊਗਾ ਕਿ ਐਕਸ਼ਨ ਨਹੀਂ ਮਾਰਿਆ, ਸਾਡੀ ਗੱਲ ਨਹੀਂ ਮੰਨੀ। ਹਾਂਜੀ, ਬਸ ਐਕਸ਼ਨ ਨਾਲ ਲੋਕ ਪਿਆਰ ਕਰਦੇ ਨਾ। ਹਾਂਜੀ, ਐਕਸ਼ਨ ਉੱਦਾਂ ਵੀ ਬਹੁਤ ਪਿਆਰ ਕਰਦੇ ਆ ਮੁੰਡੇ। ਹਾਂਜੀ ਹਾਂਜੀ, ਬਿਲਕੁਲ ਬਾਈ ਜੀ। ਅੱਛਾ ਬਾਈ ਫਿਰ ਹੁਣ ਤੁਸੀਂ ਮਿਹਨਤ ਕਿੱਥੇ ਕਰਦੇ ਹੋ? ਹੁਣ ਭਾਜੀ ਆਪਾਂ ਕਾਰੀ ਸਾਰੀ ਕਰੀ ਦੀ ਮਿਹਨਤ ਜੀ। ਕਿੰਨਾ ਕੋਲ ਜੀ? ਆਪਣਾ ਲੱਕੀ ਭਾਜੀ ਆ ਨਸਰਾਲੇ ਤੋਂ ਜੀ, ਬੰਦਾ ਹੀਰਾ ਜੀ। ਹਾਂਜੀ, ਉਹ ਭਾਜੀ ਆਪਣੀ ਪੂਰੀ ਸਪੋਰਟ ਕਰਦਾ, ਇੱਕ ਮੇਰਾ ਵੱਡਾ ਭਰਾ ਕਵੀ ਸ਼ਾਹ ਜੀ, ਘਰਦਿਆਂ ਦਾ ਵੀ ਪੂਰੀ ਸਪੋਰਟ ਆ ਜੀ। ਯਾਰ ਦੋਸਤ ਦਾ? ਯਾਰ ਦੋਸਤ ਪਿੰਦਾ ਮੁੰਡਾ ਨਰਿਆਲਾ ਤੋਂ, ਭਿੰਦਰ ਭਾਜੀ, ਤੇ ਕਰਨ ਆ ਸ਼ਰੀਫ ਆ ਮੁੰਡਾ ਆਪਣੇ ਪਿੰਡ ਦੇ, ਗੱਗੀ ਭਾਜੀ ਹੁਣੀ ਹੋ ਗਏ, ਦੀਪ ਦਵੋਰ ਜੀ ਹੋ ਗਿਆ ਭਾਜੀ, ਹੋਰ ਸਾਰੇ ਭਾਜੀ ਆਪਣੇ ਜਿੱਦਾਂ ਸਾਰਿਆਂ ਨਾਲ ਯਾਰੀ ਤਾਂ ਸਾਰਿਆਂ ਨਾਲ ਹੀ ਆ ਭਾਜੀ, ਪਿਆਰ ਸਾਰਿਆਂ ਨਾਲ ਹੀ ਆਪਣਾ। ਹਾਂਜੀ ਭਾਜੀ। ਅੱਛਾ, ਤੇ ਭਾਈ ਛੋਟੇ ਹੁੰਦੇ ਨੂੰ ਪਰਿਵਾਰ ਕੀ ਚਾਹੁੰਦਾ ਜਦੋਂ ਪੜ੍ਹਦੇ ਹੋ, ਵੀ ਕੀ ਬਣਾਉਣਾ ਮੁੰਡੇ ਨੂੰ? ਉਹ ਤਾਂ ਮੈਂ ਤਾਂ ਛੋਟੇ ਹੁੰਦੇ ਸ਼ਰਾਰਤੀ ਬਹੁਤ ਹੁੰਦਾ ਸੀ ਜੀ, ਸ਼ਰਾਰਤਾਂ ਬੜੀਆਂ ਕਰਦਾ, ਤੇ ਘਰ ਦੇ ਚਲੋ ਮੈਨੂੰ ਕੁਛ ਕਹਿੰਦੇ ਨਹੀਂ ਹੁੰਦੇ ਸੀਗੇ, ਮੈਂ ਪਹਿਲਾਂ 7-7 ਦਿਨ ਬਾਹਰ ਵੀ ਰਹਿ ਪੈਣਾ ਜੀ, ਵੇਟ ਖੇਡਦਾ ਜੀ 35-40 ਕਿਲੋ। ਜਿੱਦਾਂ ਹੁਣ ਗਿਆ 7 ਦਿਨ ਬਾਹਰ ਰਹਿ ਗਏ ਉੱਥੇ ਉਹਨਾਂ ਕੋਲ, ਮੁੰਡਿਆਂ ਕੋਲ ਇੱਧਰ ਨੂੰ ਆ ਗਏ, ਇੱਥੇ ਰਹਿ ਗਏ, ਤੇ ਫਿਰ ਸਵੇਰ ਨੂੰ ਜਿੱਥੇ ਮੈਂ ਅਜੇ ਉੱਥੇ ਚਲ ਗਏ। ਹਾਂਜੀ, ਤੇ ਪੜ੍ਹਾਈ ਵਾਲਾ ਹਿਸਾਬ ਕਿਤਾਬ ਕਿੱਥੇ ਤੱਕ ਹੈ ਬਾਈ? ਪੜ੍ਹਾਈ ਜੀ ਆਪਾਂ ਜਿੱਦਾਂ BA ਪਲੱਸ 2 ਕੀਤੀ ਆ ਜੀ, BA ਫਸਟ ਈਅਰ ਹੋ ਗਿਆ ਜੀ, ਸੈਕਿੰਡ 'ਚ ਆ ਜੀ, ਹੁਣ ਜਾ ਵੀ ਨਹੀਂ ਹੁੰਦਾ ਜੀ, ਬੰਦਾ ਕੀ ਕਰੇ ਹੁਣ, ਕਬੱਡੀ ਵਾਲੇ ਪ੍ਰੈਕਟਿਸ ਕਰਨੀ ਹੁੰਦੀ, ਕਾਲਜ ਜਾ ਕੇ ਜੀ ਪੜ੍ਹਾਈ ਕਰਨੀ ਅਤੇ ਫਿਰ ਰੈਸਟ ਵੀ ਕਰਨੀ ਹੁੰਦੀ ਆ, ਤੁਹਾਨੂੰ ਪਤਾ ਹੀ ਆ ਜੀ, ਪ੍ਰੈਕਟਿਸ ਵੀ ਕਰਨੀ ਹੁੰਦੀ ਆ, ਪ੍ਰੈਕਟਿਸ ਵੀ ਚਾਹੀਦੀ ਆ, ਕਬੱਡੀ ਵੀ ਚਾਹੀਦੀ ਆ, ਤੇ ਨਾਲ ਨਾਲ ਬਾਈ ਜੀ ਪੜ੍ਹਾਈ ਵੀ ਛੱਡਿਓ ਨਾ। ਨਹੀਂ, ਪੜ੍ਹਾਈ ਛੱਡਦੇ ਨਹੀਂ, ਉਹ ਆਪਣੇ ਗੇਮ ਕਰਦੇ ਆ ਨਾ ਜੀ। ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ, ਤੇ ਦੁਆ ਅਰਦਾਸ ਵਾਹਿਗੁਰੂ ਸੱਚੇ ਪਾਤਸ਼ਾਹ ਅੱਗੇ, ਤੇ ਤੁਸੀਂ ਤੇ ਤੁਹਾਡੇ ਪਿੱਛੇ ਤੁਹਾਨੂੰ ਦੇਖਣ ਵਾਲੇ ਹੋਰ ਖਿਡਾਰੀ ਵੀ ਨੇ ਜਿਹੜੇ ਨਾ ਉਹ ਅੱਗੇ ਵੱਧਦੇ ਰਹਿਣ, ਤੇ ਸਾਡੀ ਮਾਂ ਖੇਡ ਕਬੱਡੀ ਆ ਜਿਹੜੀ ਇਸੇ ਤਰ੍ਹਾਂ ਹੀ ਚਮਕਦੀ ਰਹੇ। ਤੁਸੀਂ ਖਿੱਚਵੇਂ ਟਾਈਮ ਦੇ ਵਿੱਚੋਂ ਵੀ ਸਾਨੂੰ ਕੁਝ ਸਮਾਂ ਦਿੱਤਾ, ਤੁਹਾਡਾ ਛੋਟੇ ਵੀਰ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਚੜ੍ਹਦੀ ਕਲਾ ਰੱਖੀ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਨੂੰ। ਸੋ ਦੋਸਤੋ, ਇਸੀ ਮਾਂ ਖੇਡ ਕਬੱਡੀ ਦੇ ਚੜ੍ਹਦੀ ਵਰੇਸ ਦੇ ਬਹੁਤ ਟੌਪ ਦੇ ਧਾਵੀ ਜਿਹਨੂੰ ਅੱਜ ਦੁਨੀਆ ਜਿਹਦੀ ਦੁਨੀਆ ਦੀਵਾਨੀ ਹੈ ਹਨੀ ਪੰਡਿਤ ਹੁਸ਼ਿਆਰਪੁਰੀਆ, ਤੇ ਆਪਾਂ ਨੇ ਗੱਲਬਾਤ ਕੀਤੀ, ਤੇ ਇਸ ਵੀਡੀਓ ਨੂੰ ਲਾਈਕ ਕਰਨਾ, ਕਮੈਂਟ ਕਰਨਾ, ਸ਼ੇਅਰ ਕਰਨਾ, ਤੇ ਅਗਲੀ ਵਾਰੀ ਆਪਾਂ ਕਿਸੇ ਹੋਰ ਵਿਸ਼ੇ 'ਤੇ ਗੱਲਬਾਤ ਕਰਾਂਗੇ। ਵੇਖਦੇ ਰਹੋ ਅਰੰਗ ਪੰਜਾਬ ਦੇ ਯੂਟਿਊਬ ਚੈਨਲ। ਸਤਿ ਸ੍ਰੀ ਅਕਾਲ।